ਸਟੂਡੈਂਟਸ, ਹੁਣ ਅਸੀਂ ਸਟ੍ਰਿੰਗ ਰਿਵਰਸ ਫੰਕਸ਼ਨ ਦੇ ਨਾਲ ਪ੍ਰੋਗਰਾਮ ਬਣਾਉਂਦੇ ਹਾਂ ਅਤੇ ਇਹ ਦੇਖਦੇ ਹਾਂ ਵੀ ਸਟ੍ਰਿੰਗ ਰਿਵਰਸ ਕਰਨ ਦੇ ਲਈ ਸਾਨੂੰ ਕਿਹੜੀ ਹੈਡਰ ਫਾਈਲ ਚਾਹੀਦੀ ਆ ਅਤੇ ਕਿਹੜਾ ਫੰਕਸ਼ਨ ਅਸੀਂ ਯੂਜ਼ ਕਰਾਂਗੇ। ਸਾਡੇ ਕੋਲ ਹੈਡਰ ਫਾਈਲ ਚਾਹੀਦੀ ਆ ਸਟ੍ਰਿੰਗ ਡੋਟ ਐਚ, ਕਿਉਂਕਿ ਜਿਹੜਾ ਰਿਵਰਸ ਦਾ ਫੰਕਸ਼ਨ ਆ ਉਹ ਸਟ੍ਰਿੰਗ ਡੋਟ ਐਚ ਹੈਡਰ ਫਾਈਲ ਦੇ ਵਿੱਚ ਹੀ ਡਿਫਾਈਨ ਹੈ। ਸੋ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਸਟ੍ਰਿੰਗ ਡੋਟ ਐਚ ਜਿਹੜੀ ਹੈਗੀ ਆ ਹੈਡਰ ਫਾਈਲ ਇਨਕਲੂਡ ਜ਼ਰੂਰ ਕਰਾਂਗੇ। ਇਸ ਤੋਂ ਬਾਅਦ ਆ ਗਿਆ ਉਹਦਾ ਸਿੰਟੈਕਸ, ਸਿੰਟੈਕਸ ਕਿਉਂਕਿ ਇਹਦੀ ਇਨਪੁੱਟ ਵੀ ਸਟ੍ਰਿੰਗ ਹੈ ਅਤੇ ਆਊਟਪੁੱਟ ਵੀ ਸਟ੍ਰਿੰਗ ਹੈ, ਅਤੇ ਜਿਹੜੀ ਆਊਟਪੁੱਟ ਆਊਗੀ ਉਹ ਇੱਕ ਸਟ੍ਰਿੰਗ ਵੇਰੀਏਬਲ ਦੇ ਵਿੱਚ ਹੀ ਸਾਨੂੰ ਸਟੋਰ ਕਰਾਉਣੀ ਪੈਣੀ ਹੈ। ਅਤੇ ਜਿਹੜਾ ਫੰਕਸ਼ਨ ਦਾ ਨਾਂ ਹੈਗਾ ਉਹ ਹੈਗਾ strrev, ਅਤੇ ਇਹਦੀ ਜਿਹੜੀ ਇਨਪੁੱਟ ਜਾਊਗੀ ਉਹ ਵੀ ਇੱਕ ਸਟ੍ਰਿੰਗ ਹੀ ਜਾਊਗੀ। ਨੈਕਸਟ ਅਸੀਂ ਦੇਖਦੇ ਹਾਂ ਐਗਜ਼ਾਮਪਲ, ਅਗਰ ਅਸੀਂ ਇਸਨੂੰ ਸਿੰਗ ਐਜ਼ ਏ ਇਨਪੁੱਟ ਦਿੰਦੇ ਹਾਂ ਤਾਂ ਇਹ ਸਾਨੂੰ ਉਸਦਾ ਰਿਵਰਸ ਕਰਕੇ HGNIS ਇਹ ਸਾਨੂੰ ਵਾਪਸ ਕਰੇਗਾ। ਸਭ ਤੋਂ ਪਹਿਲਾਂ ਨਵੀਂ ਫਾਈਲ ਕ੍ਰੀਏਟ ਕਰੀਏ, ਫਾਈਲ ਦੇ ਵਿੱਚ ਜਾ ਕੇ ਨਿਊ ਪ੍ਰੋਗਰਾਮ ਦਾ ਬੇਸਿਕ ਪ੍ਰੋਗਰਾਮ ਲਿਖੀਏ, ਜਿਹੜਾ ਹਰ ਇੱਕ ਪ੍ਰੋਗਰਾਮ ਦੇ ਵਿੱਚ ਜ਼ਰੂਰੀ ਹੈ ਲਿਖਣਾ। ਹੈਡਰ ਫਾਈਲ ਨੂੰ ਇਨਕਲੂਡ ਕਰੀਏ। ਸਭ ਤੋਂ ਪਹਿਲਾਂ ਅਸੀਂ stdio.h ਇਨਕਲੂਡ ਕੀਤੀ, ਇਨਕਲੂਡ conio.h, ਦੈਨ ਜਿਹੜੀ ਸਾਡੀ ਮੇਜਰ ਫਾਈਲ ਮੇਜਰ ਹੈਡਰ ਫਾਈਲ ਆ string.h, ਕਿਉਂਕਿ ਅਸੀਂ ਪ੍ਰੋਗਰਾਮ ਸਟ੍ਰਿੰਗ ਦੇ ਉੱਤੇ ਬਣਾ ਰਹੇ ਹਾਂ ਤਾਂ ਅਸੀਂ string.h ਨੂੰ ਇਨਕਲੂਡ ਕਰਾਂਗੇ। ਦੈਨ ਕੰਟਰੋਲ ਐਂਟਰੀ ਪੁਆਇੰਟ, ਕੰਟਰੋਲ ਐਂਟਰੀ ਪੁਆਇੰਟ void main, void return type ਹੈ, ਕੁਛ ਵੀ ਅਸੀਂ ਮੇਨ ਫੰਕਸ਼ਨ ਤੋਂ ਰਿਟਰਨ ਨਹੀਂ ਕਰਾਉਣਾ। ਦੈਨ ਸਟਾਰਟਿੰਗ ਆਫ ਦਾ ਕੰਟਰੋਲ ਐਂਟਰੀ ਪੁਆਇੰਟ, ਦੈਨ ਉਸ ਤੋਂ ਬਾਅਦ ਅਸੀਂ ਕਰੈਕਟਰ ਐਰੇ ਡਿਕਲੇਅਰ ਕਰਨਾ ਇਨਪੁੱਟ ਦੇ ਲਈ। 15 ਕਰੈਕਟਰ ਇਹਦੇ ਵਿੱਚ ਮੈਕਸੀਮਮ ਆ ਸਕਦੇ ਨੇ ਅਤੇ ਇਸਨੂੰ ਅਸੀਂ ਇਨੀਸ਼ਲਾਈਜ਼ ਨਹੀਂ ਕਰਾਉਂਦੇ। ਫਿਰ ਅਸੀਂ ਸਿੰਪਲ ਪੁਟਸ ਫੰਕਸ਼ਨ ਵਰਤਿਆ, ਸਲੈਸ਼ ਐਨ ਕਿ ਨੈਕਸਟ ਲਾਈਨ ਦੇ ਵਿੱਚ ਪ੍ਰਿੰਟ ਹੋਵੇ, ਐਂਟਰ ਦਾ ਸਟ੍ਰਿੰਗ, ਇੱਕ ਮੈਸੇਜ ਪ੍ਰਿੰਟ ਕਰਾ ਲਿਆ ਸਕਰੀਨ ਦੇ ਉੱਤੇ, ਅਤੇ ਗੈਟਸ ਫੰਕਸ਼ਨ ਯੂਜ਼ ਕੀਤਾ ਉਸ ਸਟ੍ਰਿੰਗ ਨੂੰ ਰੀਡ ਕਰਨ ਦੇ ਲਈ। ਦੈਨ ਪੁਟਸ ਫਿਰ ਦੁਬਾਰਾ ਤੋਂ ਅਸੀਂ ਵਰਤਿਆ, ਪੁਟਸ ਦੇ ਵਿੱਚ ਅਸੀਂ ਕੀ ਕਰਨਾ ਸਟ੍ਰਿੰਗ ਰਿਵਰਸ, ਸਟ੍ਰਿੰਗ ਰਿਵਰਸ ਜਿਹੜਾ ਫੰਕਸ਼ਨ ਸੀਗਾ ਉਹਨੂੰ ਅਪਲਾਈ ਕਰਤਾ NM ਦੇ ਉੱਤੇ। ਇਸ ਤੋਂ ਪਹਿਲਾਂ ਅਸੀਂ ਇੱਕ ਮੈਸੇਜ ਵੀ ਪ੍ਰਿੰਟ ਕਰਾ ਲੈਂਦੇ ਹਾਂ, ਪੁਟਸ ਗੈਟ ਸੇਜ ਫੰਕਸ਼ਨ ਯੂਜ਼ ਕੀਤਾ ਕਿ ਜਿੰਨਾ ਚਿਰ ਅਸੀਂ ਕੀਬੋਰਡ ਤੋਂ ਕੋਈ ਵੀ ਅੱਖਰ ਪ੍ਰੈਸ ਨਾ ਕਰੀਏ, ਕੀ ਨਾ ਪ੍ਰੈਸ ਕਰੀਏ, ਉਨਾ ਚਿਰ ਸਕਰੀਨ ਉੱਥੇ ਹੀ ਹੋਲਡ ਰਹੀਏ, ਉੱਥੇ ਹੀ ਖੜੀ ਰਹੇ। ਉਸ ਤੋਂ ਬਾਅਦ ਕੰਟਰੋਲ ਐਂਟਰੀ ਪੁਆਇੰਟ ਨੂੰ ਅਸੀਂ ਕਲੋਜ਼ ਕਰਤਾ। ਹਾਂ, ਇੱਕ ਚੀਜ਼ ਹੋਰ ਰਹਿ ਗਈ ਕਿ ਪ੍ਰੀਵੀਅਸ ਸਕਰੀਨ ਨੂੰ ਅਸੀਂ ਪ੍ਰੀਵੀਅਸ ਜਿਹੜਾ ਵੀ ਡਾਟਾ ਸਾਡੇ ਕੋਲ ਲਿਖਿਆ ਹੋਇਆ ਸੀਗਾ ਉਹਨੂੰ ਅਸੀਂ ਕੀ ਕਰਨਾ ਡਿਲੀਟ ਕਰ ਦੇਣਾ। ਦੈਨ ਆਪਾਂ ਇਹਨੂੰ ਕੰਪਾਈਲ ਕਰੀਏ, ਕੰਪਾਈਲ ਦੇ ਵਿੱਚ ਜਿਹੜੀਆਂ ਵਾਰਨਿੰਗ ਅਤੇ ਐਰਰ ਨੇ ਇਹ 00 ਆ ਗਈਆਂ, ਇਹਦਾ ਮਤਲਬ ਇਹ ਹੋਇਆ ਕਿ ਅਸੀਂ ਜਿਹੜਾ ਪ੍ਰੋਗਰਾਮ ਲਿਖ ਰਹੇ ਹਾਂ ਲਿਖਿਆ ਜਿਹੜਾ ਅਸੀਂ ਪ੍ਰੋਗਰਾਮ ਉਹ ਠੀਕ ਲਿਖਿਆ। ਦੈਨ ਅਸੀਂ ਰਨ ਦੇ ਉੱਤੇ ਚਲੇ ਗਏ, ਇਸ ਪ੍ਰੋਗਰਾਮ ਨੂੰ ਅਸੀਂ ਰਨ ਕੀਤਾ, ਸਟ੍ਰਿੰਗ ਐਂਟਰ ਕਰਾਉਣੀ ਆ, ਸਟ੍ਰਿੰਗ ਐਂਟਰ ਕਰਾਈ ਅਸੀਂ ਨੇ ਸਿੰਗ, ਤਾਂ ਰਿਵਰਸ ਦੇ ਵਿੱਚ ਸਟ੍ਰਿੰਗ ਕੀ ਪ੍ਰਿੰਟ ਹੋਈ, ਉਸਦਾ ਰਿਵਰਸ ਪ੍ਰਿੰਟ ਹੋ ਗਿਆ HGNIS। ਸੋ ਇਹ ਪ੍ਰੋਗਰਾਮ ਜਿਹੜਾ ਹੈਗਾ ਇਹ ਸਟ੍ਰਿੰਗ ਨੂੰ ਰਿਵਰਸ ਕਰਨ ਦੇ ਲਈ ਯੂਜ਼ ਹੋ ਰਿਹਾ। ਸਟੂਡੈਂਟਸ, ਨੈਕਸਟ ਪ੍ਰੋਗਰਾਮ ਅਸੀਂ ਇਹ ਦੇਖਦੇ ਹਾਂ ਕਿ ਦੋ ਸਟ੍ਰਿੰਗ ਨੂੰ ਆਪਸ ਦੇ ਵਿੱਚ ਕੰਪੇਅਰ ਕਰਾਉਣਾ, ਤਾਂ ਕੰਪੇਅਰ ਦੇ ਲਈ ਕਿਹੜੀ ਹੈਡਰ ਫਾਈਲ ਚਾਹੀਦੀ ਹੈ ਅਤੇ ਕਿਹੜਾ ਉਹਦੇ ਲਈ ਫੰਕਸ਼ਨ ਅਸੀਂ ਯੂਜ਼ ਕਰਾਂਗੇ। ਹੈਡਰ ਫਾਈਲ ਸੇਮ ਸਾਨੂੰ ਸਟ੍ਰਿੰਗ ਡੋਟ ਐਚ ਹੀ ਚਾਹੀਦੀ ਆ, ਕਿਉਂਕਿ ਸਾਰੇ ਸਟ੍ਰਿੰਗ ਹੈਂਡਲਿੰਗ ਫੰਕਸ਼ਨ ਇਸੇ ਦੇ ਵਿੱਚ ਡਿਫਾਈਨ ਨੇ। ਸੋ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਸਟ੍ਰਿੰਗ ਡੋਟ ਐਚ ਜਿਹੜੀ ਹੈਡਰ ਫਾਈਲ ਆ ਉਹਨੂੰ ਜ਼ਰੂਰ ਇਨਕਲੂਡ
करांगे। इहदा सिंटैक्स की होगा, क्योंकि सिंटैक्स दे विच साडे कोल दो तां साडे कोल कंपेयर करन लई स्ट्रिंग चाहीदियां ने, ते एक सानू आउटपुट जिहड़ी आऊगी, आउटपुट साडे कोल इंटीजर फॉर्म दे विच आएगी। सो जिहड़ा रिजल्ट नां दा वेरीएबल होएगा इह इंटीजर होएगा। तो strcmp साढ़े कोले फंक्शन का नाम आ गया, उहदे विच असीं स्ट्रिंग वन ते स्ट्रिंग टू पास करती। अगर रिजल्ट की वैल्यू जीरो आ जाती है तो साढ़े कोल जिहड़ी स्ट्रिंग आएगी यह इक्वल होएगी। फॉर एग्जाम्पल अगर असीं इहदे विच सिंह पास करता तो साढ़े कोल आउटपुट की आ गई, साढ़े कोल जीरो आएगी। स्टूडेंट्स साडा नैक्सट प्रोग्राम दो स्ट्रिंग नूं आपस दे विच कंपेयर करना। जे स्ट्रिंग इक्वल ने तो एक मैसेज प्रिंट करा देना, जे नहीं इक्वल हैगी तो नॉट इक्वल टू मैसेज प्रिंट करवा देना। ये सब तो पहला असी नवी फाइल क्रिएट करांगे, उसके लिए असी फाइल मेन्यू तो उस तो बाद न्यू फाइल आ गई, इनू मैक्सीमाइज कर लिया। तो सब तो पहला काम इनू सेव करना .c हैडर फाइल इनकलूड करना stdio.h conio.h, क्योंकि असं स्ट्रिंग हैंडलिंग के नाल रिलेटड फंक्शन बना रहे हैं तो string.h साडी जिहड़ी हैडर फाइल है सानू इनकलूड करनी बहुत जरूरी है। फिर असी कंट्रोल एंट्री पॉइंट मेन, दैन स्टार्टिंग ऑफ द मेन फंक्शन, जो मेन फंक्शन उसे स्टार्ट कर लिया, उस तो बाद असी एरे ऑफ करैक्टर डिकलेयर करांगे, क्योंकि दो स्ट्रिंग यूज़ करनिया ने, असी सानू दो वेरीएबल डिकलेयर करने पैने ने NM2, उस दे भी असी मैक्सिमम करैक्टर 15 लै ले। दैन मैसेज प्रिंट कराया, एंटर द फर्स्ट स्ट्रिंग, पहली स्ट्रिंग नूं एंटर करो। दैन गैट्स फर्स्ट स्ट्रिंग जिहड़ी असीं एंटर कराई है उहनूं वेरीएबल दे विच सेव करो। दूजा मैसेज साडी दूजी स्ट्रिंग नूं एंटर करवाउण दे लई, एंटर द सैकेंड स्ट्रिंग। दूजी स्ट्रिंग नूं वेरीएबल दे विच सेव करो। इत्थों तक साडे कोले जिहड़ियां दो स्ट्रिंग सीगियां वह दो अलग अलग वेरीएबल दे विच सेव हो जाणगियां। नाउ असी इन्हां दोनों नूं कंपेयर करना, कंपेयर दे लई इफ कमांड, इफ कंडीशन strcmp, क्योंकि strcmp की जिहड़ी रिटर्न होएगी वह एक इंटीजर वैल्यू होएगी। जे तो स्ट्रिंग इक्वल ने तो वह जीरो रिटर्न करेगा, अदरवाइज कोई भी वैल्यू रिटर्न कर देगा। पहली स्ट्रिंग कॉमा दूजी स्ट्रिंग जिहड़ी वेरीएबल दे विच पई है इक्वल टू जीरो, जे वह जीरो वैल्यू जीरो आ जाती है दैन एक मैसेज प्रिंट कराओ, स्ट्रिंग इक्वल। फिर एल्स कंडीशन, स्टार्टिंग ऑफ एल्स उसे तरीके ना करली ब्रेसिस नाल मैसेज प्रिंट कराया, स्लैश एन नेक्स्ट लाइन दे लई स्ट्रिंग नॉट इक्वल, क्लोजिंग ऑफ द एल्स, दैन क्लोजिंग ऑफ द कंट्रोल एंट्री पॉइंट मेन। ये साढ़े को प्रोग्राम लिखा गया, हूँ असं इस कंपाइल करते हैं। वार्निंग ते एरर 00, रन इट, एंटर द फर्स्ट स्ट्रिंग, पहली स्ट्रिंग असी एंटर की बल्ली, एंटर द सैकेंड स्ट्रिंग, सैकेंड स्ट्रिंग भी असी सेम ही एंटर करती। आउटपुट वेखण दे लई Alt F5 स्ट्रिंग इक्वल,
कि जिहड़ियां दोनों स्ट्रिंग ने यह इक्वल ने। नाउ इहदे विच असीं एक क्लीयर स्क्रीन भी लगा दिए, क्लीयर स्क्रीन ते लास्ट दे विच असीं गैट सी एच फंक्शन। नाउ कंपाइल इट, एरर और वार्निंग 00, रन इट बल्ली बल्ली, स्ट्रिंग इज इक्वल। ठीक है जी, हुण असीं दो स्ट्रिंग वक्खरियां वक्खरियां देख के देखते हैं। स्ट्रिंग नॉट इक्वल, यस बिल्कुल ठीक है।